ਦੋਹਾਂ ਦੇਸ਼ਾਂ ਦੀਆਂ ਸਰਹੱਦਾਂ ਤੇ ਸ਼ਾਂਤੀ ਦਾ ਮਾਹੌਲ ਬਣਾਈ ਰੱਖਣ ਲਈ ਭਾਰਤ ਦੇ ਨਾਲ 1993 ਤੋਂ ਕੀਤੇ ਗਏ ਹਰ ਇੱਕ ਸਮਝੌਤੇ ਦੇ ਹਰ ਸਿਧਾਂਤ ਨੂੰ ਚੀਨ ਨੇ ਤੋੜ ਦਿੱਤਾ ਹੈ। ਸਟੇਟ ਨਿਊਜ਼ ਦੇ ਮੁੱਖ ਸੰਪਾਦਕ ਨੀਤਨ ਗੋਖਲੇ ਨਾਲ ਗੱਲਬਾਤ ਕਰਦੇ ਹੋਏ ਚੀਨ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਗੌਤਮ ਬੰਬਾਵਲੇ ਨੇ ਇਹ ਗੱਲ ਆਖੀ। ਉਹਨਾਂ ਕਿਹਾ ਕਿ ਗਲਵਾਨ ਘਾਟੀ ਵਿੱਚ ਹਿੰਸਕ ਝੜਪ ਦੇ ਕਾਰਨ ਚੀਨ ਦਾ ਆਪਣੀ ਜ਼ਮੀਨ ਤੋਂ ਅੱਗੇ ਵੱਧ ਕੇ ਉੱਥੋਂ ਤੱਕ ਅੱਗੇ ਆ ਜਾਣਾ ਹੈ। ਇਸ ਨੂੰ ਲਾਈਨ ਆਫ ਐਕਚੁਅਲ ਕੰਟਰੋਲ ਮੰਨਦਾ ਹੈ। ਉਹਨਾਂ ਕਿਹਾ ਕਿ ਐਲਏਸੀ ਦੀ ਸਥਿਤੀ ਨੂੰ ਲੈ ਕੇ ਭਾਰਤ ਅਤੇ ਚੀਨ ਦੀਆਂ ਆਪਣੀਆਂ ਧਾਰਨਾਵਾਂ ਹਨ, ਪਰ ਚੀਨ ਨੇ ਐਲਏਸੀ ਦੇ ਇੱਕ ਪਾਸੇ ਇਹ ਫੈਸਲਾ ਕਰ ਲਿਆ ਹੈ। ਗਲਵਾਨ ਦੀ ਘਟਨਾ ਨੂੰ ਜੰਗ ਜਿਹੀ ਸਥਿਤੀ ਦੱਸਦੇ ਹੋਏ ਸਾਬਕਾ ਰਾਜਦੂਤ ਨੇ ਕਿਹਾ ਹੈ ਕਿ ਇਸ ਝੜਪ ਤੋਂ ਬਾਅਦ ਭਾਰਤ ਵਿੱਚ ਚੀਨ ਨਾਲ ਸੰਬੰਧਾਂ ਨੂੰ ਲੈ ਕੇ ਸਖ਼ਤ ਸਵਾਲ ਖੜ੍ਹੇ ਆਉਣਗੇ। ਇਹ ਵੀ ਜਾਣਕਾਰੀ ਆਈ ਹੈ ਕਿ ਚੀਨ ਖਿਲਾਫ਼ ਭਾਰਤ ਸਖ਼ਤ ਆਰਥਿਕ ਫੈਸਲੇ ਕਰ ਸਕਦਾ ਹੈ। ਚੀਨੀ ਉਤਪਾਦਾਂ ਨੂੰ ਲੈ ਕੇ ਸਖ਼ਤਾਈ ਹੋਵੇਗੀ। ਉਹਨਾਂ ਉਤਪਾਦਾਂ ਨੂੰ ਰੱਦ ਕੀਤਾ ਜਾ ਸਕਦਾ ਹੈ ਜਿਨ੍ਹਾਂ ਵਿੱਚ ਚੀਨੀ ਕੰਪਨੀਆਂ ਨੇ ਕਰਾਰ ਹਾਸਲ ਕੀਤੇ ਨੇ। ਇਹਨਾਂ ਵਿੱਚ ਮੇਰਠ ਰੈਪਿਡ ਰੇਲ ਦਾ ਪ੍ਰੋਜੈਕਟ ਵੀ ਸ਼ਾਮਿਲ ਹੈ, ਇਸ ਦੀ ਬੋਲੀ ਚੀਨੀ ਕੰਪਨੀ ਨੇ ਹਾਸਲ ਕੀਤੀ ਹੈ। ਬਿਊਰੋ ਰਿਪੋਰਟ, ਆਵਾਜ਼ੀ ਕਮ ਟੀਵੀ।